ਜੀ ਪਿਛਲੇ ਦਿਨ ਤੁਹਾਡੇ ਵੀਡੀਓ ਵਾਇਰਲ ਹੋਈ ਸੀਗੀ। ਹਾਂਜੀ ਉਹ ਵੀਡੀਓ ਵਾਇਰਲ ਦੇ ਚੱਕਰ ਦੇ ਵਿੱਚ ਮਤਲਬ ਅਸੀਂ ਤੁਹਾਡੇ ਕੋਲ ਆਏ ਹਾਂ, ਹਾਂਜੀ, ਅਤੇ ਇਹੀ ਮਤਲਬ ਪੁੱਛ ਰਹੇ ਹਾਂ ਕਿ ਤੁਸੀਂ ਹੁਣ ਘਰ ਬੈਠੇ ਹੋਗੇ, ਇਹ ਕੀ ਚੱਕਰ ਬਣਿਆ ਜੀ? ਹਾਂਜੀ, ਬੇਨਤੀ ਹੈ ਜੀ ਕਿ ਮੈਂ ਪਿਛਲੇ ਦਿਨੀ ਦਾਸ ਪਿੰਡ ਕੋਰੜਾ ਕੌੜਾ ਦਾਸ ਸੇਵਾ ਕਰ ਰਿਹਾ ਸੀ ਗੁਰੂ ਘਰ ਦੀ। ਅੱਛਾ ਜੀ। ਜੋ ਕਿ ਪਿਛਲੇ ਦਿਨੀ ਦਾਸ ਦੀ ਵੀਡੀਓ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਾਲ ਜੋ ਵੀਡੀਓ ਵਾਇਰਲ ਕੀਤੀ ਗਈ ਸੀ। ਅੱਛਾ ਜੀ। ਉਹਦੇ ਵਿੱਚ ਉਸ ਤੋਂ ਬਾਅਦ ਸਾਰਾ ਜਣੇ ਕਿ ਜੋ ਮਾਫ਼ੀਨਾਮਾ ਵੀ ਹੋ ਗਿਆ, ਸਾਰੀ ਸ਼ਾਂਤਮਈ ਹੋ ਗਈ ਗੱਲ। ਅੱਛਾ ਜੀ। ਕਿ ਜਿਸ ਵਿੱਚ ਉਸ ਤੋਂ ਬਾਅਦ ਕਮੇਟੀ ਬਦਲੀ ਗਈ ਸੀ, ਨਵੀਂ ਕਮੇਟੀ ਆ ਗਈ ਸੀ ਜੋ ਅੰਮ੍ਰਿਤਧਾਰੀ ਜਿਹੜੇ ਕਹਿੰਦੇ ਸੀ ਠੀਕ ਸਿੰਘ। ਅੱਛਾ, ਉਹਨਾਂ ਨੇ ਦੱਸਦੇ ਕਿ ਕਿਉਂਕਿ ਪਹਿਲਾਂ ਵੀ ਮਤਲਬ ਬਦਨਾਮ ਕੀਤਾ ਸੀ, ਬਦਨਾਮ ਕਰਨ ਦੇ ਮਾਰਿਆਂ ਨੇ ਵੀਡੀਓ ਵਾਇਰਲ ਕੀਤੀ ਸੀ। ਅੱਛਾ ਜੀ। ਕਿ ਉਸ ਤੋਂ ਬਾਅਦ ਜਦੋਂ ਕਮੇਟੀ ਬਦਲੀ ਇਹਨਾਂ ਨੇ, ਅਤੇ ਕਮੇਟੀ ਨੇ ਇਹ ਕਿਹਾ ਕਿ ਬਾਬਾ ਜੀ ਤੁਸੀਂ ਕਿਰਪਾਨ ਨਹੀਂ ਪਾ ਕੇ ਰੱਖਦੇ, ਤੁਸੀਂ ਲੀੜੇ ਨਹੀਂ ਪਾਉਂਦੇ, ਅਤੇ ਮਰਜ਼ਾਦਾ ਦੇ ਵਿੱਚ ਨਹੀਂ ਰਹਿ ਰਹੇ। ਅੱਛਾ ਜੀ। ਇਹ ਕਮੇਟੀ ਨੇ ਕਿਹਾ ਉੱਥੋਂ ਦੀ ਨੇ? ਹਾਂਜੀ, ਇਹ ਉੱਥੋਂ ਦੀ ਕਮੇਟੀ ਨੇ ਕਿਹਾ ਤੁਹਾਨੂੰ? ਹਾਂਜੀ ਠੀਕ ਹੈ ਜੀ। ਕਿ ਉਹਦੇ ਵਿੱਚ ਕਿ ਉਹਨਾਂ ਨੂੰ ਵੀ ਪਤਾ ਹੈ ਵੀ ਲੀੜੇ ਕਦੋਂ ਨਹੀਂ ਸੀ ਪਾਉਂਦਾ, ਕਦੋਂ ਮਰਜ਼ਾਦਾ ਦੇ ਵਿੱਚ ਨਹੀਂ ਸੀ ਰਹਿੰਦੇ। ਅਤੇ ਇੰਨੀ ਕੁ ਦਾਸ ਦੀ ਬੇਨਤੀ ਹੈ, ਇਹ ਗੱਲ ਸੱਚ ਹੈ ਜੀ? ਹਾਂਜੀ, ਇਹ ਗੱਲ ਸੱਚ ਹੈ ਵੀ ਤੁਸੀਂ ਕੱਪੜੇ ਲੀੜੇ ਪਾ ਕੇ ਨਹੀਂ ਰੱਖਦੇ ਸੀ, ਮਰਿਆਦਾ 'ਚ ਨਹੀਂ ਰਹਿੰਦੇ ਜੀ? ਮੈਂ ਪਾਉਂਦਾ ਸੀਗਾ। ਅੱਛਾ ਜੀ। ਪਾਉਂਦਾ ਸੀ, ਕਿਰਪਾਨ ਆਹ ਵੱਡੀ ਹੁੰਦੀ ਸੀ ਆਪਣੇ, ਠੀਕ ਜਦੋਂ ਮੈਂ ਦਰਬਾਰ ਸਾਹਿਬ ਦੇ ਵਿੱਚ ਜਾਂਦਾ ਸੀ ਤਾਂ ਉਹਦੀ ਪਾਉਣੀ, ਕਿਉਂਕਿ ਜਦੋਂ ਮੈਂ ਬਾਹਰ ਅੰਦਰ ਜਾਂਦਾ ਸੀ ਉਦੋਂ ਪਾਉਣੀ ਸੀ। ਜਦੋਂ ਹੁਣ ਆਪਾਂ ਬਾਥਰੂਮ ਜਾਂ ਫਲੱਸ ਜਾਂਦੇ ਹਾਂ ਉਦੋਂ ਆਪਾਂ ਇਹਨੂੰ ਵਧਾ ਦਿੰਦੇ ਸੀਗੇ। ਠੀਕ ਹੈ ਜੀ। ਅਤੇ ਲੀੜੇ ਲੱਤੇ ਜਦੋਂ ਇਸ਼ਨਾਨ ਪਾਣੀ ਕਰਨੇ, ਸਾਰੇ ਵਸਤਰ, ਮੇਰਾ ਅਲੱਗ ਕਮਰਾ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਜਦੋਂ ਉੱਧਰੋਂ ਆਉਂਦਾ, ਮੈਂ ਗਰਮੀ ਦੇ ਕਾਰਨ ਕਰਕੇ ਮੈਂ ਮੇਰੇ ਮੋਢੇ ਦੇ ਲੀੜੇ ਹੁੰਦੇ ਸੀਗੇ, ਅਤੇ ਮੈਂ ਉਰੇ ਆ ਕੇ ਪੱਖੇ ਦੇ ਹਵਾ ਨਾਲ ਸੁਕਾ ਕੇ ਬਾਅਦ ਦੇ ਵਿੱਚ ਮੈਂ ਕੱਪੜੇ ਪਾਉਂਦਾ ਸੀ। ਠੀਕ ਹੈ। ਉਹ ਕਮੇਟੀ ਕੋਲੇ ਹੁੰਦੀ ਸੀ, ਕਮੇਟੀ ਦਾ ਮੈਂਬਰ ਸੀ, ਪ੍ਰਧਾਨ ਸੀ। ਠੀਕ ਹੈ ਜੀ। ਅਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਬਾਬਾ ਮਰਜ਼ਾਦਾ ਦੇ ਵਿੱਚ ਨਹੀਂ, ਕਿਰਪਾਨ ਨਹੀਂ ਪਾਉਂਦਾ, ਲੀੜੇ ਨਹੀਂ ਪਾਉਂਦਾ। ਠੀਕ ਹੈ। ਇਸ ਤਰ੍ਹਾਂ ਕਰਕੇ ਉਹਨਾਂ ਨੇ ਮੈਨੂੰ ਕਿਹਾ ਨਹੀਂ ਬਾਬਾ ਜੀ ਤੁਸੀਂ ਮਰਜ਼ਾਦਾ ਦੇ। ਇਹ ਤੁਹਾਨੂੰ ਇਹ ਨਵੀਂ ਕਮੇਟੀ ਬਣੀ ਆ ਜਿਹੜੀ, ਉਹਨੇ ਕਿਹਾ ਕਿ ਜੋ ਪੁਰਾਣੀ ਕਮੇਟੀ ਨਵੀਂ ਕਮੇਟੀ ਨੇ ਕਿਹਾ ਜੀ? ਹਾਂ, ਨਵੀਂ ਕਮੇਟੀ ਨੇ ਕਿਹਾ ਜੀ। ਠੀਕ ਹੈ ਜੀ। ਅਤੇ ਇਸ ਦੇ ਵਿੱਚ ਜੀ ਮੈਨੂੰ ਉਹਨਾਂ ਨੇ ਜਾਣੀ ਕਿ ਦਾਸ ਨੂੰ ਛੁੱਟੀ ਦਿੱਤੀ, ਛੁੱਟੀ ਕਰਾ ਦਿੱਤੀ, ਕਹਿੰਦੇ ਬਾਬਾ ਜੀ ਵੀ ਤੁਹਾਡੀ ਛੁੱਟੀ ਹੈ ਵੀ ਅਸੀਂ ਗ੍ਰੰਥੀ ਹੋਰ ਲਿਆਉਣਾ ਵਾ। ਠੀਕ ਹੈ। ਅਤੇ ਇੰਨੀ ਕੁ ਬੇਨਤੀ ਪ੍ਰਵਾਨ ਹੈ ਜੀ। ਅਤੇ ਉਸ ਤੋਂ ਬਾਅਦ ਮੈਂ ਆਪਦੇ ਘਰ ਆ ਗਿਆ, 4 ਦਿਨ ਹੋ ਗਏ ਮੈਨੂੰ ਘਰੇ ਬੈਠਣ ਨੂੰ। ਅਤੇ ਬਾਕੀ ਸੰਗਤ ਨੂੰ ਪਤਾ ਵੀ ਕਿਵੇਂ ਬਾਬਾ ਰਹਿੰਦਾ ਸੀ, ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿੰਦਾ ਸੀ, ਕਿ ਇਦੋਂ ਗਾਂ ਮੈਂ ਕੋਈ ਕਹਿ ਨਹੀਂ ਸਕਦਾ। ਸੰਗਤ ਬਹੁਤ ਵਧੀਆ ਪਿਆਰ ਦਿੰਦੀ ਸੀ, ਸਤਿਕਾਰ ਦਿੰਦੀ ਸੀ। ਅਤੇ ਬਸ ਕਮੇਟੀ ਨੇ ਮੈਨੂੰ ਆਪਦਾ ਦੋਸ਼ ਲਾ ਕੇ, ਮੇਰੇ 'ਤੇ ਇਲਜ਼ਾਮ ਪੁੱਠੇ ਲਾਉਣ ਦੇ ਕਾਰਨ ਕਰਕੇ ਮੈਨੂੰ ਗੁਰੂ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਕਿ ਬਾਬਾ ਜੀ ਤੁਸੀਂ ਇੱਥੇ ਚਲੇ ਜਾਓ, ਫਿਰ ਸਾਡੇ ਪਿੰਡ ਦੇ ਵਿੱਚ ਵਿਵਾਦ ਖੜ੍ਹਾ ਹੋ ਜੂ, ਕਿ ਸਾਡੇ ਵੀ ਪਾਰਟੀ ਬਾਜੀ ਆ। ਠੀਕ ਹੈ ਜੀ।